ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਇੱਕ ਤੋਂ ਵਾਰ ਫਿਰ ਤੋਂ ਸਵਾਗਤ ਹੈ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ। ਅੱਜ ਤੁਹਾਨੂੰ ਪਤਾ ਹੈ ਹੋਲੀ ਦਾ ਤਿਉਹਾਰ ਹੈ, ਅੱਜ ਅਸੀਂ ਵੀ ਮਨਾਉਣ ਨਿਕਲੇ ਹਾਂ ਹੋਲੀ। ਅਤੇ ਪਹਿਲਾਂ ਹੋਲੀ ਆਪਾਂ ਜਾਵਾਂਗੇ ਈਸ਼ਾ ਦੀ ਫਰੈਂਡ ਸ਼ਾਲੂ ਦੀ ਫਰੈਂਡ ਈਸ਼ਾ ਵੱਲ, ਅਤੇ ਦਿਖਾਉਂਦੇ ਹਾਂ ਤੁਹਾਨੂੰ ਉੱਥੋਂ ਦਾ ਕੁਛ ਮਾਹੌਲ ਕਿੱਦਾਂ ਦਾ। ਹਾਂਜੀ ਸ਼ਾਲੂ, ਬਣੇ ਰਹੋ ਬਲੌਗ ਦੇ। ਈਸ਼ਾ ਦੇ ਘਰ ਪਹੁੰਚੇ, ਸਾਡੀ ਸਿਸਟਰ, ਛੋਟੀ ਸਿਸਟਰ ਦੇ ਘਰ। ਕਿੱਦਾਂ ਦਾ ਫੀਲ ਹੋਇਆ ਜਦੋਂ ਘਰ ਨਹੀਂ ਮਿਲੀ ਤੁਹਾਨੂੰ, ਕਿੱਦਾਂ ਦਾ ਫੀਲ ਹੋ ਰਿਹਾ? ਆਫਿਸ ਪਹੁੰਚ ਗਏ, ਚਲੋ ਕੋਈ ਨਹੀਂ। ਹਾਂ ਹੁਣ ਈਸ਼ਾ ਨਹੀਂ ਹੈਗੀ ਤਾਂ ਈਸ਼ਾ ਦੀ ਮੰਮਾ ਨੂੰ ਆਪਾਂ ਕਲਰ ਲਗਾ ਕੇ ਜਾਵਾਂਗੇ। ਕਿੱਧਰ ਆਏ ਹੋ, ਕਿੱਧਰ ਆਏ ਹੋ, ਕਲਰ ਲੈਣੇ ਆਏ ਹੋ? ਹੈ, ਕੌਣ ਸਾ ਕਲਰ ਲੈਣਾ ਹੈ? ਆਹ ਤਾਂ 15 ਲੱਗੇਗਾ। 15 ਮੈਨੂੰ ਦੇਣਾ। ਅੱਛਾ ਲੈ ਦੇ, ਕਲਰ ਲਵਾ ਲੈ। ਹੈਪੀ ਹੋਲੀ, ਕੌਣ ਸਾ ਕਲਰ ਲੈਣਾ ਹੈ? ਵੇਰੀ ਮਟਾ ਜਾ। ਈਸ਼ਾ ਨਹੀਂ ਮਿਲੀ ਤੇ ਆਪਾਂ ਈਸ਼ਾ ਦੇ ਮੰਮਾ ਦੇ ਕਲਰ ਲਗਾ ਰਹੇ ਹਾਂ। ਹੈਪੀ ਹੋਲੀ। ਹੈਪੀ ਹੋਲੀ, ਹੈਪੀ ਹੋਲੀ, ਬੁਰਾ ਨਾ ਮਾਲੋ ਹੋਲੀ ਹੈ। ਈਸ਼ਾ ਵੱਲੋਂ ਕਰਕੇ ਇੰਜੋਏ, ਤੇ ਉਸ ਤੋਂ ਬਾਅਦ ਚੱਲੇ ਹੁਣ ਆਪਾਂ ਸ਼ਾਲੂ ਦੇ ਘਰੇ, ਈਸ਼ਾ ਦੇ ਫਾਦਰ ਸਾਹਿਬ। ਹੈਪੀ ਹੋਲੀ। ਨਾਓ ਫਾਈਨਲੀ ਅਸੀਂ ਪਹੁੰਚ ਗਏ ਹਾਂ ਬੜੀ ਦੀਦੀ ਕੇ ਘਰ, ਬੜੀ ਦੀਦੀ ਕੇ ਘਰ। ਔਰ ਇਹ ਹਮਾਰਾ ਛੋਟਾ ਚੈਂਪੀਅਨ ਅਬੂ, ਸੇ ਹਾਏ। ਹੈਪੀ ਹੋਲੀ, ਬੁਰਾ ਨਾ ਮਾਨੋ। ਇਹ ਕਲਰ ਸਹੀ ਲੱਗ ਰਿਹਾ ਹੈ, ਚਲੋ ਬਹੁਤ ਵਧੀਆ ਲੱਗਾ ਕਲਰ। ਹੈਪੀ ਹੋਲੀ। ਭਾਈ ਕਿੱਧਰ ਗਏ? ਭਾਈ ਭਾਈ ਅਬੂ 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 ਇਹ ਮਾਰੀ ਛੋਟੀ ਗੁੜੀਆ ਨਾਇਰਾ। ਅਬੂ 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 ਨਾਇਰਾ, ਆਪ ਵੀ ਲਗਾਓ, ਮੌਸੀ ਦੇ ਲਾਓ। ਨੀਚੇ ਆਇਓ, ਨੀਚੇ ਹੈਪੀ ਹੋਲੀ ਜੀ, ਹੈਪੀ ਹੋਲੀ, ਥੈਂਕ ਯੂ ਜੀ, ਥੈਂਕ ਯੂ, ਹੈਪੀ ਹੋਲੀ। ਆ ਰਹੇ ਆ ਰਹੇ, ਬਾਹਰ ਗਏ, ਬਚ ਕੇ ਰਹੋ। ਅਰੇ ਕਹਾਂ ਬਾਹਰ ਬਗਿਆ ਬਗਿਆ ਬਗਿਆ।
ਅਬੂ ਇਧਰੇ ਹੈਪੀ ਹੋਲੀ ਹੈਲੋ ਬਹੁਤ ਪੱਕਾ ਨੀ ਹੈਪੀ ਹੋਲੀ ਆਂਡੇ ਵਾਲੀ ਹੋਲੀ ਆ ਜੀ ਸ਼ਾਲੂ ਦਾ ਵੀ ਆਂਡੇ ਦਾ ਕੀਤਾ ਸਵਾਗਤ ਹੈ ਸ਼ਾਲੂ ਉੱਪਰ ਕਰ ਫੇਸ ਗੁਰਪ੍ਰੀਤ ਤੁਹਾਡੇ ਨਹੀਂ ਟੁੱਟਦਾ ਮਤਲਬ ਨਹੀਂ ਸ਼ਾਲੂ ਗੁਰਪ੍ਰੀਤ ਦੇ ਸਿਰ ਫੋਨ ਦਾ ਜੇਲ ਚ ਪਾਇਆ ਹੀ ਆਹੋ ਇਧਰ ਆ ਜਾ ਉਹ ਆ ਰਹੇ ਆ ਓਏ 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 ਫੇਰ ਦੇ ਹੀ ਲੈ ਚਲ ਆ ਜਾਓ ਅੰਦਰ ਆ ਜਾਓ ਮਾੜਾ ਜਾ ਮਾੜਾ ਜਾ ਆ ਗਿਆ ਆ ਗਿਆ ਤੁਹਾਡੇ ਵਲੌਗ ਚ ਆ ਗਿਆ ਲਿਆ ਮੈਨੂੰ ਵੀ ਦੇਖ ਲੈ ਤੇਰੀ ਜੇਬ ਚ ਪਿਆ ਤਾਂ ਪਤਾ ਨਹੀਂ ਹਰਾ ਤੇਰੀ ਜੇਬ ਚ ਹੈਪੀ ਹੋਲੀ ਰਿਸ਼ੂ ਤੇਰੀ ਜੇਬ ਚ ਹਰਾ ਰੰਗ ਪਿਆ ਆ ਪਤਾ ਨਾ ਹਾਂ ਆਈ ਪਿਆ ਬਲੂਨੀ ਆ ਗੋ ਮੈਂ ਖਾਸ ਨਹੀਂ ਹੋ ਗਿਆ ਕਲਰ ਵਧੀਆ ਲੱਗ ਰਿਹਾ ਯਾਰ ਵਧੀਆ ਲਓ ਜੀ ਇਹ 12ਵੀਂ ਐਂਟਰੀ ਹੋਈ ਮੇਰੇ ਸਾਨੂੰ ਸਾਲ ਦੀ ਅਮਿਤ ਭਾਈ ਦੀ ਹੈਪੀ ਹੋਲੀ ਭਾਈ ਹੈਪੀ ਹੋਲੀ ਭਾਜੀ ਹੈਪੀ ਹੋਲੀ ਬਹੁਤ ਬਹੁਤ ਮੁਬਾਰਕ ਹੋਵੇ ਸਾਰੇ ਪਰਿਵਾਰ ਨੂੰ ਬਸ ਕਾ ਯਾਰ ਹੈਪੀ ਹੋਲੀ ਹੈਪੀ ਹੋਲੀ ਤੇਰੇ ਕੋਲ ਹਰ ਰੰਗ ਪਿਆ ਹੋਇਆ ਵਾ ਯਾਰ ਹੈਪੀ ਹੋਲੀ ਅੰਡਿਆਂ ਨਾਲ ਕੀਤਾ ਸਵਾਗਤ ਉਹਨਾਂ ਮਾਰੀ ਤੂੰ ਹਮੇਸ਼ਾ ਵੇਲਾ ਅੰਡਿਆਂ ਦੇ ਦਾਗ ਦੇ ਦਿੰਦੀ ਸਾਡੇ ਦੀਵਾਰਾਂ ਨੂੰ ਤੇਰੇ ਕੋਲ ਹਰ ਰੰਗ ਹੈਗਾ ਸੀ ਉਹ ਕਰੋ ਹੈਪੀ ਹੋਲੀ ਥੈਂਕ ਯੂ ਭਾਈ ਥੈਂਕ ਯੂ ਹੈਪੀ ਹੋਲੀ ਭਾਈ ਹੈਪੀ ਮਿਕਸ ਹੋ ਗਿਆ ਮਿਕਸ ਮਿਕਸ ਹੋ ਗਿਆ ਖਾਣਾ ਨਾ ਮਿਲਦਾ ਪਰ ਹੈਗਾ ਤੂੰ ਨਾ ਮੈਂ ਕੱਢੂ ਬਸ ਕਰ ਗੁਰਪ੍ਰੀਤ ਨਾਲ ਤੇ ਫੇਰ ਸੇਮ ਹੋ ਗਿਆ ਅੰਡਾ ਫੇਰ ਨਹੀਂ ਟੁੱਟਿਆ ਅੰਡਾ ਆਣਾ ਟੁੱਟਾ ਨਹੀਂ ਮੈਂ ਹਰਿਆਂ ਤੇ ਤੁਸੀਂ ਮੈਂ ਲੈ ਕੇ ਆਉ ਮਾਰ ਦਿਓ ਨਹੀਂ ਤਾਂ ਸੁਣਦੇ ਹੀ ਅੱਗੇ ਦੂਜੀ ਵਾਰ ਤੇ ਟੁੱਟ ਗਿਆ ਇਹਦਾ ਹੀ ਮਾਰਿਆ ਰਿਸ਼ੂ ਬਾਹਰ ਆ ਬਾਹਰ ਆ ਚਲੋ ਕਲਰ ਕਲਰ ਪਾ ਦੋ ਉੱਤੇ ਕਲਰ ਕਲਰ ਪਾ ਦੋ ਕਲਰ ਪਾਉਣਾ ਹੈ ਸੌਂ ਲੱਗੇ ਬੜੀ ਜੋਰ ਦੀ ਮਾਰੇ ਤੇਰੇ ਫ੍ਰਿਜ ਵਾਲਾ ਨਹੀਂ ਵੱਜਾ ਲੈ ਮੈਨੂੰ ਪੁੱਛੋ ਦੀ ਦਰਦ ਕੀ ਹੁੰਦੀ ਫ੍ਰਿਜ ਵਾਲੇ ਦੀ ਟੁੱਟਦਾ ਹੀ ਨਹੀਂ ਆਉਂਦਾ ਅਭੀ ਦੇ ਵੀ ਮਾਰਿਆ ਹੀ ਦੀ ਮਾਰਾ ਤੇ ਲੱਗ ਗਿਆ ਉਹ ਜੇਟ ਫੁੱਟ ਗਿਆ ਸੀ ਉਹੀ ਕੱਢੀ ਸੀ ਇੱਟ ਮਿਲਿਆ ਮੈਂ ਕਹ ਬੱਚਾ ਤੜ ਕੋਲ ਆਣਾ ਹੁੰਦਾ ਉਹ ਜੇਟ ਫੱਕ ਸਨਾ ਪਿਛਲੇ ਕੋਕੇ ਚ ਭਾਗੇ ਮੁੰਡਾ ਵੀ ਆ ਗਿਆ ਹਾਂਜੀ ਬਹੁਤ ਮਜ਼ਾ ਆ ਰਿਹਾ ਹੋਲੀ ਦਾ ਬਹੁਤ ਜੀ ਬਹੁਤ ਬਹੁਤ ਆਨੰਦ ਮਾਣ ਰਹੇ ਆ ਹੈਪੀ ਹੋਲੀ ਕੀ ਮਾਰਾ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਲੈ ਲੈ ਇਧਰ ਆ ਲੈ ਲੈ ਆਇਓ ਵੀ ਫੱਕੀ ਹੁੰਦੇ ਇਸ ਤੇ ਪੀਲਾ ਰੰਗ ਬਹੁਤ ਨਾਈਟ ਸੂਟ ਕੱਢ ਲਿਆ ਹਾਈਲਾਈਟ ਇਧਰ ਆ ਕਰ ਕਰ ਕਰ
ਚਾਲੂ ਰਹਿ ਗਿਆ ਗੰਜੇ ਪਿੰਡ ਦੇ ਆਂਡਾ ਮਾਰ ਜਾਣਾ ਪੂਰੀ ਮੰਡਲੀ ਹੈਪੀ ਹੋਲੀ ਖੇਡਦੀ ਦੇਖੋ ਸਾਰਾ ਗਰੁੱਪ ਪੂਰਾ ਹੋਲੀ ਖੇਡਣ ਡਿਆ ਛੋਟੇ ਛੋਟੇ ਬਚਪਨ ਚ ਹੁੰਦੇ ਆਪਾਂ ਪੂਰਾ ਗਰੁੱਪ ਬਣਾ ਕੇ ਹੋਲੀ ਖੇਡਦੇ ਹਾਂਜੀ ਅਮੀਤ ਭਾਈ ਇੱਕ ਹੋਰ ਟੀਮ ਆ ਗਈ ਉੱਧਰ ਇਹ ਬੜੇ ਚਿੱਟੇ ਚਿੱਟੇ ਬਣੇ ਇਹਦਾ ਫੈਕਟਰੀ ਦਾ ਰੰਗ ਬਣਿਆ ਹੁੰਦਾ ਇਹਨੇ ਵਰਿੰਦਾਵਨ ਵਾਂਗੂ ਹੋਲੀ ਖੇਡਦੇ ਇੱਥੇ ਵਿਸ਼ਨੂੰ ਪੂਰਾ ਰੰਗ ਕੇ ਭੇਜਿਆ ਆਪਾਂ ਬੜਾ ਚਿੱਟਾ ਕਬੂਤਰ ਬਣ ਕੇ ਆਇਆ ਸੀਗਾ ਅੱਛਾ ਇਹ ਸਾਰੇ ਪੀਓਪੀ ਸਾਰੇ ਪੀਓਪੀ ਨਾਲ ਖੇਡਣ ਡੇ ਮੈਂ ਅੱਗੇ ਲੱਗਣਾ ਮੈਂ ਫੈਕਟਰੀ ਦਾ ਰੰਗ ਹੈ ਸਾਰੇ ਪੀਓਪੀ ਨਾਲ ਹੋਲੀ ਖੇਡਣ ਡੇ ਦੇਖੋ ਯਾਰ ਹੋਲੀ ਇਹੋ ਜਿਹਾ ਤਿਉਹਾਰ ਹੈ ਜਿਹੜਾ ਹਰ ਹਰ ਫੈਮਿਲੀ ਮਨਾਉਂਦੀ ਹੈ ਲੋਕੀ ਮੋਟਰਸਾਈਕਲਾਂ ਦੇ ਦੇਖੋ ਐਕਟਿਵਾ ਦੇ ਫੈਮਿਲੀ ਨਾਲ ਆਪਣੀ ਇਨਸਾਨ ਨਾ ਸਮਝਾ ਹੈ ਬੱਚੇ ਨਾ ਕਰ ਪਾਏ ਹੋਲੀ ਮਨਾਏ ਜੈ ਹਿੰਦ ਜੈ ਲਕਸ਼ਮੀ ਲੋਗਨ ਜੈ ਮਾਤਾ ਲੋਗਨ ਜੈ ਇੰਡੀਆ ਜੈ ਭਾਰਤ ਜੀ ਮੋਦੀ ਜੈ ਜੋ ਭਾਰਤ ਮਾਤਾ ਕੀ ਨਾਇਰਾ ਕੀ ਬਣਾ ਰਹੇ ਹੋ ਆਪ ਨਾਇਰਾ ਨੇ ਹੈਪੀ ਹੋਲੀ ਨਾਇਰਾ ਵੀਡੀਓ ਬਣਾ ਰਹੇ ਨੇ ਨਾਇਰਾ ਬਹੁਤ ਅੱਛਾ ਇਧਰ ਦੇਖੋ ਨਾਇਰਾ ਚੱਲ ਨਾਇਰਾ ਚੱਲ ਹਮ ਚੱਲ ਦੁਬਾਰਾ 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 ਨਾਇਰਾ ਆ ਜਾ ਆ ਜਾ ਦੁਬਾਰਾ
ਇਹੀ ਸਾਡਾ ਅੱਜ ਦਾ ਬਲੌਗ। ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਿਓ ਆਪਣੇ। ਜੇ ਕੋਈ ਵੀ ਤੁਹਾਡਾ ਸੁਝਾਅ ਹੋਵੇ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਆਪਣਾ। ਮਿਲਦੇ ਹਾਂ ਫਿਰ ਕਿਤੇ ਨਵੇਂ ਬਲੌਗ ਦੇ ਵਿੱਚ।